ਜਾਂ ਮਸਤਾਂ ਦੀ ਜੈ ਵਲੀਆਂ ਦੀ ਮੈਂ ਤੁਹਾਡਾ ਛੋਟਾ ਵੀ ਸੁਰਿੰਦਰ ਦਾਨੇ ਵਾਲੀ ਆ ਕਿ ਆਪ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਅੱਜ 3-4 ਜੁਲਾਈ ਬਾਬਾ ਜੀ ਦਾ ਮੇਲਾ ਐਕਪੀ ਨਹੀਂ ਮਨਾਇਆ ਜਾ ਰਿਹਾ ਅਤੇ ਅੱਜ 2 ਤਰੀਕ ਬਾਬਾ ਜੀ ਦੀ ਮਹਿੰਦੀ ਦੀ ਰਸਮ ਹੈ। ਸਾਰਿਆਂ ਨੇ ਘਰ ਘਰ ਦੇ ਵਿੱਚ ਅੱਜ ਰਾਤ 7 ਵਜੇ ਮਹਿੰਦੀ ਰਸਮ ਕਰਨੀ ਹੈ। ਜੈ ਮਸਤਾਂ ਦੀ, ਜੈ ਵਲੀਆਂ ਦੀ। ਜਿਹੜੇ ਵਲੀਆਂ ਨੂੰ ਪਿਆਰ ਕਰਦੇ ਨੇ ਸਾਰਿਆਂ ਨੇ ਵੀਡੀਓ ਸ਼ੇਅਰ ਕਰਨੀ ਹੈ। ਜੈ ਮਸਤਾਂ ਦੀ, ਜੈ ਵਲੀਆਂ ਦੀ। ਇਹ ਉਹ ਮੇਲਾ ਜਿੱਥੇ ਬੰਦਾ ਆ ਕੇ ਪਸੀਨੋ ਪਸੀਨੀ ਹੋ ਜਾਂਦਾ ਹੈ। ਇਹ ਰਹਿਮਤਾਂ ਵਾਲਾ ਮੇਲਾ ਹੈ। ਇੱਕ ਵਾਰ ਜ਼ੋਰਦਾਰ ਤਾੜੀਆਂ ਇਸ ਮੇਲੇ ਲਈ ਹੋਣੀਆਂ ਚਾਹੀਦੀਆਂ। ਕਮਰ ਭਾਜੀ ਦੀ ਵੀ ਜ਼ੋਰਦਾਰ ਤਾੜੀਆਂ ਹੋਣੀ ਚਾਹੀਦੀਆਂ। ਸਾਡਾ ਸਾਰਾ ਪਰਿਵਾਰ ਇਹਨਾਂ ਦਾ ਫੈਨ ਹੈ, ਇਹਨਾਂ ਦੇ ਗੱਲਾਂ ਦਾ ਫੈਨ ਹੈ। ਬਾਕੀ ਇਹ ਗੱਲ ਜਾਣਦੇ ਹੈ ਕਿ ਇਹ ਗੱਲਾਂ ਸਾਰੀਆਂ ਉਹੀ ਕਰਾਉਂਦਾ ਹੈ, ਕਰਨ ਵਾਲਾ ਵੀ ਉਹੀ ਆ ਅਤੇ ਬੋਲਣ ਵਾਲਾ ਵੀ ਉਹੀ ਆ ਅਤੇ ਸੁਣਨ ਵਾਲਾ ਵੀ ਉਹੀ ਆ। ਅਤੇ ਇਸ ਕਰਕੇ ਬਹੁਤ ਪਿਆਰ ਦੇ ਨਾਲ ਉਹ ਗੱਲਾਂ ਮੈਂ ਲਿਖ ਲਈਆਂ ਅਤੇ ਮੈਂ ਭਾਜੀ ਨੂੰ ਦੇਤੀਆਂ। ਬਹੁਤ ਖੁਸ਼ੀ ਦੀ ਗੱਲ ਹੈ, ਮੇਰੇ ਅੱਤ ਭਾਗ ਚੰਗੇ ਆ, ਤੁਸੀਂ ਮੇਰੀਆਂ ਲਿਖੀਆਂ ਗੱਲਾਂ ਨੂੰ ਗਾਓਗੇ, ਮੇਰੇ ਲਈ ਕਰਮ ਵਾਲੀ ਗੱਲ ਹੈ। ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਮਿਹਰਬਾਨੀ। ਸੋ ਮੈਂ ਸਾਰੇ ਕਰਦੇ ਫਿਰਦੇ, ਕੁਝ ਹੋਰ ਨਵੀਂ ਗੱਲ ਥੋੜ੍ਹੀ ਜਿਹੀ ਲਿਖੀ ਹੈ ਪਲੀਜ਼ ਥੋੜ੍ਹੀ। ਮੈਂ ਸਾਰੇ ਕਰਦੇ ਫਿਰਦੇ ਤੂੰ ਤੂੰ ਵਿਰਲਿਆਂ ਕੀਤੀ, ਬਾਹਰੋਂ ਲੱਗੇ ਸੋਹਣੀ ਦੁਨੀਆ ਅੰਦਰ ਭਰੀ ਪਲੀਤੀ। ਜੋ ਵੀ ਕੀਤਾ ਮੈਂ ਹੀ ਕੀਤਾ, ਬੰਦਾ ਰੱਬ ਦਾ ਸ਼ੁਕਰ ਕਦੇ ਕਰਦਾ ਨਹੀਂ। ਹੱਸਦਿਆਂ ਅਤੇ ਸੁਖੀ ਦੇਖ ਕੇ ਇੱਕ ਦੂਜੇ ਨੂੰ ਜਰਦਾ ਨਹੀਂ। ਤੀਰਥਾਂ ਉੱਤੇ ਬੜੇ ਕੀਤੇ ਇਸ਼ਨਾਨ, ਤਾਂ ਵੀ ਮਨ ਦੀ ਮੈਲ ਨਾ ਜਾਂਦੀ ਏ। ਕਾਮਲ ਮੁਰਸ਼ਦ ਬਿਨਾਂ ਕਿਸੇ ਨੂੰ ਰੱਬ ਦੀ ਸਮਝ ਨਾ ਆਉਂਦੀ ਏ। ਜਿਹਨੂੰ ਸਮਝ ਆ ਗਈ ਉਹਦੀ, ਉਹਨਾਂ ਹੀ ਮੈਂ ਮਕਾਈਏ। ਉਹੀ ਮਸਤ ਦੀਵਾਨੇ ਬਣ ਗਏ, ਲੋਕੀ ਕਹਿਣ ਛਦਾਈਏ। ਮਾਨ ਰੱਬ ਨੂੰ ਪਾਉਣ ਦਾ ਡੂੰਘਾ ਰਾਜ, ਮੈਂ ਮੁੱਕ ਜਾਏ ਫਿਰ ਵੱਜਦੇ ਸਾਜ, ਤਦ ਅਨਹਦ ਸ਼ਬਦ ਦੀ ਆਵੇ ਆਵਾਜ਼, ਕ ਖੁੱਲਦੇ ਰਾਜ ਹਕੀਕੀ। ਮੈਂ ਸਾਰੇ ਕਰਦੇ ਫਿਰਦੇ ਤੂੰ ਤੂੰ ਵਿਰਲਿਆਂ ਕੀਤੀ, ਬਾਹਰੋਂ ਲੱਗੇ ਸੋਹਣੀ ਦੁਨੀਆ ਅੰਦਰ ਭਰੀ ਪਲੀਤੀ। ਇੱਥੇ ਮੈਂ ਖਤਮ ਕਰਦਿਆ ਕਰੋ, ਈਗੋ ਖਤਮ ਕਰਦਿਆ ਕਰੋ, ਹੰਕਾਰ ਖਤਮ ਕਰਦਿਆ ਕਰੋ, ਨਿਮਰਤਾ ਲੈ ਕੇ ਜਾਓ, ਪਿਆਰ ਵੰਡੋ, ਮੁਹੱਬਤ ਵੰਡੋ। ਔਰ ਆਓ ਇਹਨਾਂ ਗੱਲਾਂ ਨੂੰ ਇਹ ਪਿਆਰ ਦਿੰਦੇ ਭਾਅ ਜੀ ਹੁਣੀ ਮੈਂ ਤਾਂ ਸੁਣਾ ਦਿੰਦਾ, ਅਦਰਵਾਈਜ਼ ਬਾਕੀ ਕਲਾਕਾਰਾਂ ਦਾ ਪਿਆਰ ਹੈਗਾ, ਪਰ ਤੁਹਾਡੇ ਨਾਲ ਜਿਹੜਾ ਪਿਆਰ ਉਹ ਦਿਲੀ ਪਿਆਰ ਹੈ। ਝੂਠ ਬੋਲਾਂ 'ਤੇ ਕੁਝ ਬਚਦਾ ਏ, ਸੱਚ ਬੋਲਾਂ 'ਤੇ ਭਾਂਬੜ ਮੱਚਦਾ ਏ। ਜੱਚ ਜੱਚ ਕੇ ਜੀਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਹੈ। ਜਿਹੜੀ ਗੱਲ ਆਈ ਹੈ ਜ਼ੁਬਾਨ 'ਤੇ ਮੈਂ ਕਹਿ ਦਿੰਦਾ ਹੁੰਦਾ। ਤਾਂ ਬਹੁਤ ਸ਼ੁਕਰੀਆ ਭਾਅ ਜੀ, ਬਹੁਤ ਮਿਹਰਬਾਨੀ। ਲਾਡੀ ਭਾਅ ਜੀ ਨੂੰ ਮੈਂ ਮਿਲ ਲਿਆ, ਠੀਕ ਹੈ ਜੀ, ਓਕੇ, ਥੈਂਕ ਯੂ ਵੈਰੀ ਮੱਚ।